ਸਲਾਮ ਵਾਲੇਕੁਮ ਅੱਜ ਜੁਮਾਤੁਲ ਮੁਬਾਰਕ ਰਜਬ ਦੀ 27 ਫੱਗਨ ਦੀ 29 ਤੇ ਮਾਰਚ ਦੀ 12 ਤਾਰੀਖ ਇਹ ਰੇਡੀਓ ਪਾਕਿਸਤਾਨ ਹੈ ਅਲੀ ਇਮਰਾਨ ਜਵੇਦ ਤੋਂ ਖਬਰਾਂ ਸੁਨੋ ਪਹਿਲਾਂ ਖਾਸ ਖਾਸ ਖਬਰਾਂ ਦਾ ਖਲਾਸਾ ਸੈਨੇਟ ਦੇ ਨਵੇਂ ਮੰਤਰੀ 48 ਮੈਂਬਰ ਅੱਜ ਹਲਫ ਚੁੱਕ ਰਹੇ ਨੇ ਜਿਸ ਦੇ ਬਾਅਦ ਇਵਾਨ ਦੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਦਾ ਇਲੈਕਸ਼ਨ ਹੋਏਗਾ ਸਦਰਨੇਜ ਉਸੂਸੀ ਬੰਦਿਆਂ ਨੂੰ تعلیم ਤੇ ਹੁਨਰ ਸਰਖਾ ਕੇ ਕੌਮੀ ਧਾਰੇ ਵਿੱਚ ਲਿਆਂਨ ਉੱਤੇ ਜ਼ੋਰ ਦਿੰਦਾ ਹੈ। ਐਕਨਿਕ ਨੇ ਇੰਡਸ ਹਾਈਵੇ ਦੇ ਸ਼ਿਕਰਪੁਰ ਰਾਜਪੁਰ ਸੈਕਸ਼ਨ ਦੀਆਂ ਦੋ ਹੋਰ ਲਾਈਨਾਂ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਪੰਜਾਬ ਦੇ ਵਜ਼ੀਰੇ ਆਲਾ ਨੇ ਕੈਂਸਰ ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇਣ ਵਾਸਤੇ ਫੰਡਸ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। ਅੱਜ ਪਾਰਲੀਮੈਂਟ ਹਾਊਸ ਇਸਲਾਮਾਬਾਦ ਵਿੱਚ ਸੈਨੇਟ ਦੇ ਚੇਅਰਮੈਨ ਦਾ ਤੇ ਡਿਪਟੀ ਚੇਅਰਮੈਨ ਦਾ ਇਲੈਕਸ਼ਨ ਖੁਫੀਆ VOTING ਦੇ ਜ਼ਰੀਏ ਹੋਏਗਾ ਐਸ ਇਲੈਕਸ਼ਨ ਤੋਂ ਪਹਿਲਾਂ 48 ਨਵੇਂ ਮੁੰਤਖਬ ਮੈਂਬਰ ਹਲਫ ਚੁੱਕਣਗੇ ਸੈਨੇਟ ਸੈਕਟਰੀਟਰੀਅਟ ਦੇ ਮੁਤਾਬਿਕ ਐਵਾਨ ਦਾ اجلاس ਸਵੇਰੇ 10 ਵਜੇ ਹੋਏਗਾ ਸੈਨੇਟਰ ਸੈਦ ਮੁਜ਼ਫਰ ਹੁਸੈਨ ਸ਼ਾਹ ਜਿਹੜੇ ਅੱਜ ਦੇ اجلاس ਲਈ ਪ੍ਰੈਜ਼ਾਈਡਿੰਗ ਅਫਸਰ ਬਣਾਏ ਗਏ ਨੇ ਮੈਂਬਰਾਂ ਤੋਂ ਹਲਫ ਲੈਣਗੇ ਬਾਅਦ ਵਿੱਚ ਨਵੇਂ ਮੁੰਤਖਬ ਮੈਂਬਰ ਹਾਜ਼ਰੀ ਲਾਨਗੇ ਜਿਹਦੇ ਬਾਅਦ ਪ੍ਰੈਜ਼ਾਈਡਿੰਗ ਅਫਸਰ ਸੈਨੇਟਰ ਤੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਦੇ ਇਲੈਕਸ਼ਨ ਲਈ ਸ਼ਡਿਊਲ ਦਾ ਐਲਾਨ ਕਰਨਗੇ ਜੁਮੇ ਦਿਨ ਨਮਾਜ਼ ਤੋਂ ਬਾਅਦ اجلاس ਦੁਬਾਰਾ 3 ਵਜੇ ਫੇਰ ਹੋਏਗਾ ਹਲਫਨਾਚ ਚੁੱਕਣ ਵਾਲੇ ਮੈਂਬਰਾਂ ਨੂੰ ਹਲਫ ਚੁੱਕਣ ਦਾ ਦੂਜਾ ਮੌਕਾ ਦਿੱਤਾ ਜਾਏਗਾ ਜਿਹਦੇ ਬਾਅਦ ਚੇਅਰਮੈਨ ਤੇ ਡਿਪਟੀ ਚੇਅਰਮੈਨ ਦੇ ਇਲੈਕਸ਼ਨ ਦਾ ਅਮਲ ਸ਼ੁਰੂ ਹੋ ਜਾਏਗਾ ਸਦਰ ਡਾਕਟਰ ਆਰਫ ﺍﻟਵੀ ਨੇ ਖਸੂਸੀ ਅਫਰਦ ਨੂੰ ਕੌਮੀ ਧਾਰੇ ਵਿੱਚ ਲਿਆਣ ਲਈ ਉਹਨਾਂ ਨੂੰ ਤਾਲੀਮ ਤੇ ਹੁਨਰ ਸਿਖਾਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਹੈ ਉਹਨਾਂ ਇਹ ਗੱਲ ਕਰਾਚੀ ਵਿੱਚ ਇਸ ਇਕ ਕਾਨਫਰੰਸ ਨੂੰ ਖਿਤਾਬ ਕਰਦੇ ਹੋਏ ਆਏ ਕਈ ਉਹਨਾਂ ਕਹਾਂ ਕਿ ਸਾਰੀ ਦੁਨੀਆ ਵਿੱਚ ਖੂਸੀ ਅਪਰਾਧ ਜੇ ਐਜੇ ਦਾਰਿਆਂ ਵਿੱਚ ਹੋਣਰ ਸਿੱਖਣ ਦੇ ਨਾਲ ਨਾਲ ਨਾ ਤਰੀ ਵੀ ਹਾਸਲ ਕਰ ਰਹੇ ਨੇ ਉਹਨਾਂ ਕਹਾਂ ਕਿ ਇਹਦੇ ਨਾਲ ਸਿਹਤਮੰਦ ਬੱਚਿਆਂ ਨੂੰ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਖੂਸੀ ਬੱਚਿਆਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ ਉਹਨਾਂ ਕਹਾਂ ਕਿ ਮਾਜ਼ੂਰ ਲੋਕਾਂ ਦੇ درست ਅਦਾਦੋ شمار ਇਕੱਠੇ ਕਰਨਾ ਬੜਾ ਜ਼ਰੂਰੀ ਨੇ ਤੇ ਇਸ ਮਕਸਦ ਲਈ ਅਹਿਸਾਸ ਪ੍ਰੋਗਰਾਮ ਦੇ ਤਹਿਤ ਸਰਵੇ ਕੀਤਾ ਜਾ ਰਿਹਾ ਹੈ ਕੌਮੀ ਇਕਤਸਾਦੀ ਕੌਂਸਲ ਦੀ ਐਗਜ਼ੈਕਟਿਵ ਕਮੇਟੀ ਨੇ ਪਾਣੀ ਤੇ ਸੜਕਾਂ ਸਮੇਤ ਦੂਜੀਆਂ ਬੁਨਿਆਦੀ ਸਹੂਲਤਾਂ ਦੇ 267 ਹਜ਼ਾਰ ਰੁਪਏ ਦੀ ਮਾਲੀਅਤ ਦੇ ਮੁਖਤਲਿਫ ਤਰੱਕੀਆਤੀ ਮਨਸੂਬਿਆਂ ਦੀ ਮਨਜ਼ੂਰੀ ਦਿੱਤੀ ਹੈ। ਕਮੇਟੀ ਦਾ اجلاس ਇਸਲਾਮਾਬਾਦ ਵਿੱਚ ਹੋਇਆ। ਖਜ਼ਾਨੇ ਦੇ ਵਜ਼ੀਰ ਡਾਕਟਰ ਅਬਦੁਲ ਹਫੀਜ਼ ਸ਼ੇਖ ਨੇ اجلاس ਦੀ ਸਦਾਰਤ ਕੀਤੀ। ਕਮੇਟੀ ਨੇ ਇੰਡਸ ਹਾਈਵੇ ਦੇ ਸ਼ਿਕਾਰਪੁਰ ਰਾਜਨਪੁਰ ਸੈਕਸ਼ਨ ਦੀਆਂ ਦੋ ਅਜ਼ਾਫੀ ਲਾਈਨਾਂ ਨੂੰ ਬਣਾਉਣ ਤੇ ਵਿੱਤ ਚੌੜਾ ਕਰਨ ਦੀ ਸਮਰੀ ਦੀ ਵੀ ਮਨਜ਼ੂਰੀ ਦਿੱਤੀ। ਐਮਨ ਸੁਭਾ ਵਜ਼ਾਰਤ ਮਵਾਸਲਾਤ ਨੇ ADB ਨਾਲ ਮਿਲ ਕੇ ਮੁਕੰਮਲ ਕਰਨਾ ਹੈ ਇਸ ਤਰ੍ਹਾਂ ਸੰਮਰੀਆਲ ਖਾਰੀਆਂ ਜਿਹੜੀ 59 ਕਿਲੋਮੀਟਰ ਲੰਬੀ ਹੋਏਗੀ ਵੀ ਬਣਾਉਣ ਲਈ ਇੱਕ ਹੋਰ ਸਮਰੀ ਦੀ ਵੀ ਕਮੇਟੀ ਦੇ ਸਾਹਮਣੇ ਪੇਸ਼ ਕੀਤੀ ਗਈ ਪਾਕਿਸਤਾਨ اقਵਾਮੇ متحدہ ਨਾਲ ਰਲ ਕੇ ਕਰੋਨਾ ਵਾਇਰਸ ਦੀ ਵੈਕਸੀਨ ਦੀ ਫਰਾਹਮੀ ਦੀ ਮੁਹਿੰਮ ਵਿੱਚ ਹਿੱਸਾ ਲੈ ਰਿਹਾ ਹੈ ਤਾਂ ਜੋ ਇਸ ਮੌਜੀ ਮਰਸ ਤੋਂ ਛੁਟਕਾਰਾ ਪਾਇਆ ਜਾ ਸਕੇ پاکستان دے اقوام متحدہ دے مستقل نمائندے منیر اکرم نے ایک ٹویٹ وچ کہیا ہے کہ کرونا وائرس دی ویکسین نو برابر تقسیم کرن لئی یقیننا بنایا جا رہیا ہے۔ اوناں کہیا کہ کرونا اُتے قابو پانے دے نال نال دنیا دی تباہ ہوئی معیشت نو وی بحال کرنا ہوئے گا۔ اقوام متحدہ دی انسانی حقوق بارے کونسل وچ مقررہاں نے اکیلیتا خاص کر مسلماناں اُتے بھارتی حکومت دے امتیازی تے جان بوجھ کے تشدد کرن دے معاملے اُتے بڑی تنقید کیتی ہے۔ ਜਨਵਾ ਵਿੱਚ ਹੋਏ ਕੌਂਸਲ ਦੇ ਵੀਡੀਓ ਉੱਤੇ ਇੱਕ ਸੈਮੀਨਾਰ ਵਿੱਚ ਉਹਨਾਂ ਭਾਰਤ ਦੇ ਕਾਲੇ ਕਾਨੂੰਨਾਂ ਦੀ ਮਜ਼ੰਮਤ ਕੀਤੀ ਜਿਨ੍ਹਾਂ ਦੇ ਜ਼ਰੀਏ ਉਹ ਇਨਸਾਨੀ ਹੱਕ ਦੀਆਂ ਖਿਲਾਫ ਵਰਜ਼ੀਆਂ ਕਰ ਰਿਹਾ ਹੈ। ਮਕਰਰਾ ਨੇ ਮੁਤਾਲਬਾ ਕੀਤਾ ਕਿ ਭਾਰਤ ਦੇ ਕਬਜ਼ੇ ਵਿੱਚ ਮੌਜੂਦ ਜੰਮੂ ਤੇ ਕਸ਼ਮੀਰ ਵਿੱਚ ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀਆਂ ਦਾ ਪਤਾ ਲਾਉਣ ਲਈ ਆਜ਼ਾਦ ਇਨਕੁਆਇਰੀ ਕਮਿਸ਼ਨ ਬਣਾਇਆ ਜਾਏ। ਉਹਨਾਂ ਕਿਹਾ ਕਿ ਕਸ਼ਮੀਰੀ कश्मीर भारतीय नौब नौ आबादियाती नौ नहीं है बरतानवी पार्लियामेंट के रुकन अफजल खान ने आलमी लीडरों उत्तर जोर दता कि भारत में दोस्ती खान की बजाय जुल्मा के खिलाफ आवाज़ उठा वजीरला सरदार उस्मान बुजदार ने कैंसर दवाइया मुफ्त देने फंड जारी कर मंजूरी दे है। वजीर है दी है वजीरला ने कहा है कि पाब हुकूमत अठ सौ सठ मिलियन रुपए कैंसर की दवाई मुफ्त देन उत्तर खर्च करेगी ਉਨਾ ਫੌਰੀ ਫੰਡ ਜਾਰੀ ਕਰਨ ਦੀ ਹਦਾਇਤ ਕੀਤੀ ਤਾਂ ਜੋ ਕੈਂਸਰ ਦੇ ਮਰੀਜ਼ਾਂ ਨੂੰ ਦਵਾਈਆਂ ਮਿਲ ਸਕਣ। ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ। ਪੰਜਾਬ ਵਿੱਚ ਇਤਲਾਮਾਂ ਬਾਰੇ ਖਾਸ ਮਾਵਨ ਡਾਕਟਰ ਫਰਦੌਸ ਆਸ਼ਾ ਕਮਾਨ ਨੇ ਕਿਹਾ ਹੈ ਕਿ ਮਰੀਮ ਨਵਾਜ਼ ਬਲਾਵਲ ਜ਼ਰਦਾਰੀ ਤੇ مولانا ਫਜ਼ਲਉਰ रहमान ਚੇਅਰਮੈਨ ਲਈ ਸੈਨੇਟ ਇਲੈਕਸ਼ਨ ਨੂੰ ਮੰਤਜ਼ਰ ਬਣਾਉਣ ਲਈ ਰਲ ਕੇ ਕਸਾਸਾ ਕਰ ਰਹੇ ਨੇ। ਇਕ ਬਿਆਨ ਵਿੱਚ ਉਹਨਾਂ ਕਿਹਾ ਕਿ ਧਾਰਿਆਂ ਉਤੇ ਉਂਗਲੀ ਉਠਾਉਣ ਆ ਰਹੇ ਨੂੰ ਆਪਣੇ ਕਰਤੂਤਾਂ ਤੇ ਪੈਸੇ ਇਸਤੇਮਾਲ ਕਰਨ ਦੀਆਂ ਕੋਸ਼ਾਂ ਉੱਤੇ ਸ਼ਰਮ ਆਣੀ ਚਾਹੀਦੀ ਹੈ ਜਿਹਦੇ ਜ਼ਰੀਏ ਉਹਨਾਂ ਵੋਟ ਖਰੀਦੇ ਤੇ ਸੈਨੇਟ ਦੀ ਸੀਟ ਜਿੱਤੀ ਪੰਜਾਬ ਦੇ وزیਰੇਆਲਾ ਦੇ ਸਿਹਤ ਬਾਰੇ مشیر محمد حنیف پتافی نے کہا ہے کہ ਡੇਰਾ غازی خان شہر ਦੇ ਪਾਣੀ ਦੀ نکاسی ਦੇ مسئلے ਨੂੰ فوری حل ਕੀਤਾ ਜਾਏਗਾ ਡੇਰਾ ਗਾਜ਼ੀ ਖਾਨ ਵਿੱਚ ਇੱਕ اجلاس ਵਿੱਚ ਉਹਨਾਂ ਕਿਹਾ ਕਿ ਪੀਆਈਏ ਤੇ ਕਬਰਿਸਤਾਨ ਰੋਡ ਦੇ ਉੱਤੇ 2500 ਫੁੱਟ ਨਿਕਾਸੀ ਦੀਆਂ ਲਾਈਨਾਂ ਅਗਲੇ ਮਹੀਨੇ ਤੱਕ ਵਿਸਾਰੀਆਂ ਜਾਣਗੀਆਂ ਜਿਸ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਸਹੂਲਤ ਮਿਲੇਗੀ। ਉਹਨਾਂ ਕਿਹਾ ਕਿ ਬੰਦ ਗਟੜਾਂ ਨੂੰ ਖੋਲਣ ਲਈ ਚਾਰ ਮਸ਼ੀਨਾ ਖਰੀਦੀਆਂ ਗਈਆਂ ਨੇ। ਉਹਨਾਂ ਦੱਸਿਆ ਕਿ ਡੇਰਾ ਗਾਜ਼ੀ ਖਾਨ ਤੇ ਤੌਂਸਾ ਤੌਂਸਾ ਸ਼ਰੀਫ ਸ਼ਹਿਰ ਵਿੱਚ ਪਾਣੀ ਫਿਲਟਰ ਕਰਨ ਦੇ ਪਲਾਂਟ ਦੀ ਵੀ ਬਹਤਰ ਬਣਾਈ ਜਾ ਰਹੇ ਨੇ ਜਿਸ ਦੇ ਨਾਲ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਮਿਲੇਗਾ। ਪੰਜਾਬ ਵੀ ਜ਼ਰਾਤ ਦੇ وزیر سید हुसैन جہانیاں ਗਰਦੇਜੀ ਨੇ ਕਿਹਾ ਹੈ ਕਿ غذائی تحفظ ਤੇ ਗਰੀਬੀ ਮਕਾਨ ਲਈ ਬਾਇਓ ਟੈਕਨੋਲੋਜੀ ਦਾ ਇਸਤੇਮਾਲ ਬੜੀ ਅਹਿਮੀਅਤ ਰੱਖਦਾ ਹੈ ਉਹ ਬਾਇਓ ਟੈਕਨੋਲੋਜੀ ਬਾਰੇ ਇੱਕ ਵੀਡੀਓ ਕਾਨਫਰੰਸ ਨੂੰ ਖਿਤਾਬ ਕਰ ਰਹੇ ਸਨ ਸੂਬਾ ਵੀਜ਼ੀਰ ਨੇ ਆਲਾ ਮਾਹਿਰਾਂ ਦੀ ਇੱਕ ਕਮੇਟੀ ইমরান ਦੀ ਹਦਾਇਤ ਕੀਤੀ ਤਾਂ ਜੋ ਜ਼ਰੀਏ ਬਾਇਓ ਟੈਕਨੋਲੋਜੀ ਨੂੰ ਤਰੱਕੀ ਦਿੱਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਮੁਲਕ ਵਿੱਚ ਇਸ ਟੈਕਨੋਲੋਜੀ ਦੇ ਇਸਤੇਮਾਲ ਨਾਲ ਫਸਲਾਂ ਦੀ ਪੈਦਾਵਾਰ ਵਧੇਗੀ ਤੇ غذائی تحفظ ਦੇ ਚੈਲੰਜ ਨਾਲ ਨਿਭੜਨ 'ਚ ਮਦਦ ਮਿਲੇਗੀ ਰਾਤੀ ਪਾਕਪਤਨ ਦੇ ਨੇੜੇ ਆਰਹ ਵਾਲਾ ਰੋਡ ਉਤੇ ਇੱਕ ਕਾਰ ਤੇ ਟਰੈਕਟਰ ਟਰਾਲੀ ਦੇ ਹਾਦਸੇ ਵਿੱਚ ਤਿੰਨ ਬੰਦੇ ਮਰ ਗਏ ਨੇ ਤੇ ਦੋ ਜ਼ਖਮੀ ਹੋਏ ਨੇ ਖਬਰਾਂ ਖਤਮ ਹੋਈਆਂ